ਨਹੀਂ ਹੁੰਦੇ ਬਈ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ ਵੀ ਦੂਰ ਬਜਾਏ ਕੰਨ ਗੁਲਾਮੀ ਖਿੱਚਦੇ ਨਹੀਂ ਹੁੰਦੇ ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ ਗੁਲਾਲੇ ਚੋਂ ਵੀ ਨੰਬਰ ਜ਼ਰੂਰ ਸਾਂਝੇ ਕਰਦੀ ਬਾਕੀ ਦੋਨੋਂ ਟੀਮਾਂ ਦੇ ਵਿੱਚ ਕਦੇ ਵੱਡੇ ਵੱਡੇ ਖਿਡਾਰੀ ਖੇਡ ਰਹੇ ਨੈਟਮੈਨ ਵੀ ਦੋਨੋਂ ਟੀਮਾਂ ਦੇ ਕਮਾਲ ਦੇ ਯਾਰ ਅਟੈਕਰ ਵੀ ਮੰਨੇ ਤੇ ਓਏ ਵਿਕਾਸ ਵਿਕਾਸ ਕਲਾਕਾਰੀ ਕਰ ਗਿਆ ਕਲਾਕਾਰ ਨਾਲ ਅੱਜ ਤਾਂ ਵਿਕਾਸ ਕਲਾਕਾਰੀ ਕਰ ਗਿਆ ਕਲਾਕਾਰ ਨਾਲ ਤਕੜਾ ਡ੍ਰੌਪ ਗਿਆ ਕਮਾਲ ਦਾ ਨੰਬਰ ਮੁੰਡੇ ਨੇ ਜੋੜ ਦਿੱਤਾ ਆਪਣੀ ਟੀਮ ਦੇ ਲਈ ਇਧਰ ਪੰਜਾਬੀ ਵਾਲਾ ਸੁਭੀਰਾ ਸੈਂਟਰ ਦੇ ਵਿੱਚ ਇਹ ਵੀ ਮੁੰਡਾ ਕਹਿੰਦੇ ਉਹਨਾਂ ਪਿੰਡਾਂ ਦੇ ਵਿੱਚ ਉੱਠ ਕੇ ਆਇਆ ਹੈ ਜਿੰਨਾ ਪਿੰਡਾਂ ਦੇ ਵਿੱਚ ਉਹਨਾਂ ਦੇ ਢਾਬਾ ਦਾ ਸ਼ੇਰੂ ਆਇਆ ਹੋਇਆ ਹੈ ਇਹ ਵੀ ਮੁੰਡਾ ਕਹਿੰਦੇ ਉਹਨਾਂ ਪਿੰਡਾਂ ਦਾ ਹੀ ਹੈ ਹਰ ਕਹਿੰਦੇ ਵੱਡੇ ਵੱਡੇ ਬੇਲੇ ਇਹ ਮੁੰਡੇ ਨੇ ਵੀ ਜਿੱਤੇ ਆ ਨਵੀਂ ਉਮਰ ਦਾ ਕਹਿੰਦੇ ਟੌਪ ਦਾ ਖਿਡਾਰੀ ਹੈ ਨਾਲ ਬਾਰਿਕਿਆਂ ਵਾਲਾ ਵਿਕਾਸ ਹੈ ਸੱਜੇ ਪਾਸੇ ਮੱਖਣ ਖੜਾ ਵੀ ਤੇਰੇ ਸ਼ਾਟਾਂ ਦੇ ਨਾਲ ਲੱਗਦਾ ਗਰਾਊਂਡ ਸੱਖਣਾ ਹੁਣ ਕਰਖਾ ਦੀ ਵੱਖਰੀ ਜੀ ਕੰਨ ਮੱਖਣਾ ਤੇ ਨਾਲ ਮੈਂ ਚੱਕਣਾ ਵੀ ਆਓ ਖੇਡ ਦੇ ਮੈਦਾਨ ਚ ਤਾਊ ਖੇਡਦਾ ਹੈ ਇਹਦੇ ਪਿੰਡ ਤੇ ਧੂਰਾ ਸਿੱਧੂ ਹੈ ਤੇ ਮਾਜਰੇ ਦਾ ਛੋਟੂ ਖੜਾ ਤੇ ਨਾਲ ਵਿਜੇਂਦਰ ਆਸ਼ੂ ਵਰਗੇ ਔਰ ਕਦੇ ਢਾਬਾ ਦੇ ਸ਼ੇਰੂ ਵਰਗੇ ਦੁਨੀਆਂ ਦੇ ਮਹਾਨ ਖਿਡਾਰੀਆਂ ਦੀ ਕਹਿੰਦੇ ਵੱਡੀ ਟੱਕਰ ਹੈ ਵੀ ਟੱਕਰ ਹੋ ਗਈ ਸ਼ੇਰਾਂ ਦੀ ਖੜ ਕੇ ਦੇਖੋ ਕੁੱਲ ਜਵਾਨਾਂ ਕੱਪ ਉਹੀ ਉਹ ਜਿੱਤਣਗੇ ਵੀ ਜਿਨ੍ਹਾਂ ਦੇ ਦੌੜਿਆ ਪੱਟਾਂ ਦੇ ਵਿੱਚ ਜਾਣਾ ਕੱਪ ਤੇ ਉਹੀ ਉਹ ਜਿੱਤਣਗੇ ਹਰ ਜਿਨ੍ਹਾਂ ਦੇ ਦੌੜਿਆ ਪੱਟਾਂ ਦੇ ਵਿੱਚ ਜਾਣਾ ਦੋ ਤੇ ਇੱਕ ਦੀ ਟੱਕਰ ਹੈ ਨੰਬਰ ਤੀਜਾ ਦੇਖਾਂਗੇ ਹੁਣ ਕੌਣ ਜੇੜੂਗਾ ਤਾਊ ਫੜਲਾ ਪਿਆਰੀ ਸਾਰਾ ਗੱਲਬਾਤ ਸਾਰੀ ਦੀ ਸਾਰੀ ਗੱਲਬਾਤ ਆ ਮੈਡਲੀ ਤੇਰੇ ਤੇ ਖੜੀ ਹੈ ਪਰ ਨੰਬਰ ਸ਼ੇਰੂ ਨੇ ਜੋੜ ਦਿੱਤਾ ਆਹ ਸਾਹਮਣੇ ਨੰਬਰ ਕਹਿੰਦਾ ਇੱਕ ਹੋਰ ਦੇ ਵੱਧ ਹੋ ਗਿਆ ਨਜ਼ਰ ਦਾ ਐਤ ਬੜਾ ਟੌਪ ਦਾ ਵੀ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾਂ ਨਾਲ ਤੇ ਪਿੱਛੋਂ ਵਾਰ ਖੰਡੇ ਨਾਲ ਚਾਰ ਹੀ ਤਰੀਕਿਆਂ ਦਾ ਬੰਦਾ ਕਰੇ ਕੰਮ ਸਦਾ ਸ਼ੌਕ ਨਾਲ ਪਿਆਰ ਨਾਲ ਲਾਲਚ ਜਾਂ ਡੰਡੇ ਨਾਲ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਹਰ ਚਾਚੇ ਹੋਣਗੇ ਜ਼ਰੂਰ ਪਰ ਮੈਚ ਬੜਾ ਟੌਪ ਦਾ ਮੇਰੇ ਮਿੱਤਰੋ ਫਾਈਨਲ ਮੈਚ ਖੇਡਿਆ ਜਾ ਰਿਹਾ ਅੱਜ ਦੇ ਸੱਭਰ ਦੇ ਕਪਲਾ ਧਰਮਗੜ੍ਹ ਦੀ ਧਰਤੀ ਹੈ ਔਰ ਦੁਨੀਆ ਦੇ ਵੱਡੇ ਵੱਲਾਂ ਦੀ ਟੱਕਰ ਹੈ ਓਕੇ ਓਕੇ ਅਮੀ ਭੱਟੀ ਵੀਰੇ ਦੂਰ ਆ ਥੋੜੇ ਜਿਹੇ ਬਕਸੇ ਦੂਰ ਆ ਵੀਰੇ ਅੱਜ
ਰਾਜੂ ਮਾਨ ਦੇ ਨਾਲ ਭਰਾ ਸਾਡਾ ਅੰਮ੍ਰਿਤ ਮਾਨ ਜ਼ਿੰਦਗੀ ਦੇ ਰੰਗ ਸਜਣੇ ਵੀ ਪੁੱਜੇ ਹੋਏ ਆ। ਆਓ ਕਹਿੰਦੇ ਮੇਰੇ ਮਿੱਤਰ ਪਾਪ ਦਾ ਮੇਲਾ ਖੇਡਿਆ ਜਾ ਰਿਹਾ ਹੈ। ਦੋ ਬਰਾਬਰ ਪੁਆਇੰਟ ਆ ਜੀ, ਦੋ ਬਰਾਬਰ। ਚਾਰ ਯੂਪੀ ਤਿੰਨ ਰਾਏਪੁਰ
ਹੈਲੋ ਲੈ ਜੀ ਕਿੰਨੇ ਦਾ 4 ਦਾ ਹੈ ਤੇ 5 ਦਾ ਹੈ 4 3 ਠੀਕ ਹੈ ਜੀ 4 ਤੇ 3 ਦੀ ਟੱਕਰ ਹੈ ਜੀ ਗਰਾਊਂਡ ਦੇ ਅੰਦਰ ਔਰ ਨੰਬਰ ਇਹ ਆ ਪੰਜਾਬੇ ਵਾਲਾ ਸੁਨੀਰ ਇਹ ਆ ਪੰਜਾਬੀ ਦੀ ਧਰਤੀ ਦਾ 3-4 ਚੇਂਜ ਆ ਵੀਰੇ ਬਹੁਤ ਟੱਕਰ ਮੈਂ ਪੱਟਾ ਮਾਲਾ ਸਾਡੀ ਖੇਡ ਬਾਲੀਵਾਲ ਦਾ ਮੇਰੇ ਮਿੱਤਰ ਦੁਨੀਆ ਪਿਆਰ ਕਰਦੀ ਹੈ ਗਾਰਦ ਤੂੜ ਇੱਕ ਸਾਲ ਖੇਡ ਰਹੀਆਂ ਨੇ ਮੁੰਡੇ ਦਾ ਗੱਭਰੂ ਕਹਿੰਦਾ ਵਾਸ਼ ਮਸ਼ੀਨ ਦਾ ਜੇਤੂ ਰਿਹਾ ਬਹੁਤ ਦੁਨੀਆ ਵਿੱਚ ਆਈ ਮੁੰਡੇ ਨੇ ਬਾਬੇ ਨੂੰ ਨੰਬਰ 4 ਬਰਾਬਰ ਜ਼ਿੰਦਗੀ ਚ ਸੰਗਰੂਰ ਨਹੀਂ ਗਿਆ ਸਾਈਕਲ ਸਕੂਟਰ ਲੱਗੇ ਨੇ ਬਥੇਰੇ ਪੱਟਿਆਂ ਦਾ ਵੀਰੇ ਕੋਈ ਸਟੈਂਡ ਨਹੀਂ ਰਿਹਾ ਸਾਈਕਲ ਸਕੂਟਰਾਂ ਨੂੰ ਲੱਗੇ ਨੇ ਬਥੇਰੇ ਮੇਰੇ ਮਿੱਤਰ ਗੱਲਾਂ ਟਿਕਾਣੇ ਲਾਉਣਾ ਇਹਦੀ ਯਾਰਾਂ ਨੇ ਯਾਰ ਹੈ ਜੇ ਵਰਿੰਦਰ ਟੂਣਾ ਨਾ ਹੁੰਦਾ ਵਾਲੀਬਾਲ ਦੇ ਵਿੱਚ ਤੇ ਇੱਥੋਂ ਤੱਕ ਮੈਂ ਨਹੀਂ ਸੀ ਹੁਣ ਇਹ ਗੱਲ ਜਿਹੜੀ ਪੱਕੀ ਹੈ ਔਰ ਜਿਹੜਾ ਤੁਸੀਂ ਮੇਰਾ ਸਾਥ ਦਿੱਤਾ ਸ਼ੁਰੂਆਤੀ ਦੌਰ ਦੇ ਵਿੱਚ ਤੇ ਤੁਹਾਡਾ ਧੰਨਵਾਦ ਹੈ ਹਮੇਸ਼ਾ ਰੀਵੀ ਰਹਾਂਗੇ ਤੁਹਾਡੇ ਔਰ ਤੇਰਾ ਵੀ ਨਾ ਨਾਲ ਭਈਏ ਦੇ ਜੋਤੀ ਦਾ ਤਲਵੰਡੀ ਦੇ ਦਿਲਸ਼ਾਹ ਦਾ ਇਹਦਾ ਧੰਨਵਾਦ ਹੈ ਬੜਾ ਸਾਥ ਦਿੱਤਾ ਵੀਰਾਂ ਨੇ ਓਏ ਨੰਬਰ 5 ਮਾ ਲਾ ਗਿਆ 5-4 ਕਰਕੇ ਮੇਰੇ ਮਿੱਤਰੋ ਗਰਾਊਂਡ ਦੇ ਅੰਦਰ ਲੈ ਵੀ 5-4 ਹੋ ਗਏ ਤੇ 6-4 ਹੋ ਗਏ ਜੀ 5 ਆ ਰਹੀ ਹੈ ਲੈ ਵੀ 5 ਤੇ ਜਿਹੜਾ 4 ਦਾ ਮੁਕਾਬਲਾ ਹੈ ਉੱਧਰ ਗੁਰੀ ਕਹਿੰਦਾ ਵੀ ਸਟਰੋਕ ਦੱਸ ਦਿਓ ਕੀ ਹੋ ਗਿਆ ਮੇਰੀ ਬੇਨਤੀ ਹੈ ਦੱਸ ਦਿਓ ਗੁਰੀ ਨੂੰ ਵੀ 5 ਦੇ 4 ਦਾ ਮੁਕਾਬਲਾ ਹੋਇਆ ਉੱਧਰ 6ਵਾਂ ਜੋ ਦਿੱਲੀ ਗੱਭਰੂ ਕਹਿੰਦੇ ਪਿਆਰ ਦੇ ਪਿਆਰ ਦੇ ਪਰ ਪੱਟੀ ਤੋੜਦੀ ਹੈ ਕਹਿੰਦੇ ਵੱਡੀ ਉਹ ਕਹਿੰਦੇ ਕਲਾਕਾਰੀ ਹੈ ਮੁੰਡੇ ਦੀ ਖੇਡ ਦੇ ਵਿੱਚ ਕਹਿੰਦੇ ਪੂਜਾ ਉਹ ਕਹਿੰਦੇ ਦਾਮਾਂ ਲੋਕੀ ਗੱਲਾਂ ਕਰਦੇ ਆ ਹਾਲੀ ਸਰਵ ਜਿਹੜੀ ਮੁੰਡੇ ਨੇ ਕਰ ਦਿੱਤੀ ਹੈ ਆਪਣੀ ਟੀਮ ਦੇ ਲਈ ਵੀ ਮੁੜ ਕੇ ਮੁੜ ਕੀ ਹੋ ਗਿਆ ਲੱਗਿਆ ਜੋਰ ਚੋਪੜਾ ਦਾ ਤੇ ਕੰਡਾ ਵੀ ਨੀ ਚੁੱਕਦਾ ਜਿਸਮ ਕਠੋਰ ਚੋਪੜਾ ਦਾ ਉਹ ਕਦੀ ਜਵਾਨੀ ਗਰਮ ਖੂਨ ਲਲਕਾਰੇ ਤਾਂ ਵੱਜਦੇ ਰਾਜੇ ਖੇਲੇ ਮਰਦ ਮਦਾਨੋ ਡਰ ਕੇ ਨਹੀਂ ਭੱਜਦੇ ਕੋਈ ਰਾਜੇ ਖੇਲੇ ਮਰਦ ਮਦਾਨੋ ਉਹ ਡਰ ਕੇ ਨਹੀਂ ਭੱਜਦੇ ਮਰਦਾਂ ਦੀ ਫੇਰਾ ਕਹਿੰਦੇ ਦਰੇਰਾ ਦੀ ਓਏ ਆਸ਼ੂ ਤਗੜੀ ਵਾਲ ਮਾਰ ਗਿਆ ਆਸ਼ੂ ਰਦੌਰ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਵੀਰ ਸਾਡਾ ਸਾਥ ਦੇ ਰਹੇ ਅੱਜ ਦੇ ਇਸ ਖੇਡ ਟੂਰਨਾਮੈਂਟ ਦੇ ਲਈ ਸਾਰੇ ਲਾਈਵ ਵਾਲੇ ਵੀਰਾਂ ਦਾ ਮੈਂ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕਰਾਂਗਾ ਇੱਕ ਵਾਰ ਫਿਰ ਤੋਂ ਹੈਲੋ ਜ਼ਿੰਦਗੀ ਦਾ ਮੇਲਾ ਹੁੰਦਾ ਉਹ ਪੁੱਛਦਾ ਨੀ ਕੋਈ ਇੱਥੇ ਜੇਰੀ ਪੱਲੇ ਢਿੱਲਾ ਹੁੰਦਾ ਤੇ ਬਹਿ ਕੇ ਪੈਰਾਂ ਵਿੱਚ ਸਿੱਖੇ ਅਸਲੀ ਉਹ ਕੇਲਾ ਹੁੰਦਾ
ਤੇ ਸੁਰ ਦੇ ਵਿੱਚ ਪੱਜੇ ਸਦਾ ਜੋ ਉਸੇ ਨੂੰ ਸਾਜ ਕਹਿੰਦੇ ਤੇ ਜੀਤੋ ਗੁਣ ਲਈਏ ਕਾਕਾ ਉਹਨੂੰ ਉਸਤਾਦ ਕਹਿੰਦੇ ਤੇ ਜੀਤੋ ਗੁਣ ਲਈਏ ਕਾਕਾ ਉਹਨੂੰ ਉਸਤਾਦ ਕਹਿੰਦੇ। ਹਾਂਜੀ ਹਾਂਜੀ ਸਾਜਨ ਕੁਮਾਰ ਜੀ ਮੁਕਾਮ ਹਾਸਲ ਕਰ ਲਵੇ ਉਹਦੇ ਤੋਂ ਖੜਨਾ ਬਹੁਤ ਘੱਟ ਹੈ ਮੇਰੇ ਮਿੱਤਰ। ਜਦੋਂ ਕੋਈ ਬੰਦਾ ਫੜ ਜਾਂਦਾ ਨਾ ਕੁਛ ਨਾ ਕੁਛ ਕਿਸੇ ਮੁਕਾਮ ਦੇ ਵਿੱਚ ਕਈ ਮੁਕਾਮ ਹਾਸਲ ਕਰ ਲੈਂਦਾ ਕਿਸੇ ਫੀਲਡ ਦੇ ਵਿੱਚ ਤੇ ਬਾਕੀ ਉਹਨੂੰ ਕੀੜੇ ਮਕੌੜੇ ਦੱਸਣ ਲੱਗ ਜਾਂਦੇ ਆ। ਇਹ ਗੱਲ ਜਿਹੜੀ ਪੱਕੀ ਹੈ ਵੀ ਚੜ ਜਾਵੇ ਗੁੱਡੀ ਬੋਤੀ ਹਵਾ ਨਹੀਂ ਕਰੀਦੀ ਆ ਕੇ ਹੰਕਾਰ ਵਿੱਚ ਗੱਲ ਨਹੀਂ ਕਰੀਦੀ ਉਹਦੇ ਰੰਗਾਂ ਦਾ ਕੁਝ ਪਤਾ ਲੱਗੇ ਨਾ ਕਈ ਵਾਰੀ ਕੱਢ ਦੁੱਖ ਪੈਂਦੇ ਕਰਨੇ ਕਰਦਾ ਮਾਣ ਦਾ ਸੁੱਕੇ ਦੀ ਗੱਲ ਦਾ ਇੱਥੇ ਜੱਜਾਂ ਨੂੰ ਵੀ ਪੈਂਦੇ ਆ ਵਕੀਲ ਕਰਦੇ ਬਈ ਕਰਦਾ ਹੀ ਮਾਣ ਦਾ ਸੁੱਕੇ ਦੀ ਗੱਲ ਦਾ ਬਈ ਇੱਥੇ ਜੱਜਾਂ ਨੂੰ ਵੀ ਪੈਂਦੇ ਆ ਵਕੀਲ ਕਰਦੇ ਕਰਦੇ ਜਿਹੜੀ ਮੇਰੇ ਮਿੱਤਰੋ ਚੰਗੇ ਬਾਰੇ ਟਾਈਮ ਦੀ ਹੁੰਦੀ ਆ ਜਦੋਂ ਸਮਾਂ ਮਾੜਾ ਹੋਵੇ ਤੇ ਫਿਰ ਮੇਰੇ ਮਿੱਤਰੋ ਸਿਆਣੇ ਗੱਲਾਂ ਕਰਦੇ ਵੀ ਤੋਰ ਤੇ ਬੈਠਿਆਂ ਨੂੰ ਵੀ ਕੁੱਤਾ ਵੱਧ ਜਾਂਦਾ ਇਹ ਵੀ ਕਹਿੰਦੇ ਗੱਲ ਮੇਰੇ ਮਿੱਤਰੋ ਸਿਆਣਿਆਂ ਨੇ ਕੁਝ ਸੋਚ ਵਿਚਾਰ ਕੇ ਲਿਖੀ ਹੋ ਰਹੀ ਹੈ ਪਰ ਆ ਮੈਚ ਬੜਾ ਤਗੜਾ ਸ਼ੁਰੂ ਹੈ ਤੂੰ ਤੋਰ ਜਾਂ ਪੱਤੀ ਤੇ ਗੱਲ ਸੋ ਜਾਂਦੀ ਨਾ ਟਿਕਾਣੇ ਜਿਹੜੀ ਲੱਗ ਜਾਣੀ ਹੈ ਵੱਡਾ ਮੈਚ ਬਾਹ ਲੱਗਦਾ ਜਿਹੜੇ ਵੀਰ ਜਤਿੰਦਰ ਕੋਕਰੀ ਕੈਨੇਡਾ ਫਾਈਨਲ ਮੈਚ ਆ ਜਤਿੰਦਰ ਵੀਰੇ 7-5 ਹੋ ਗਏ ਜੀ ਸੁਧੀਰ ਮੈਚ ਜਿੱਤਦਾ 1100 ਰੁਪਏ ਸੁਧੀਰ ਨੇ ਇਧਰ ਸਾਜਨ ਉਹ ਕਹਿੰਦਾ ਵੀ ਜੇ ਸੁਧੀਰ ਮੈਚ ਤਾਂ ਪਰ 1100 ਦੇ ਦਿਆਂਗੇ ਸੁਣੇ ਵੀ ਤੁਹਾਨੂੰ ਧੰਨਵਾਦ ਹੈ ਲਾਈ 7-5 ਪੁਆਇੰਟ ਉਧਰ ਹਰਪ੍ਰੀਤ ਚਹਿਲ ਖੇੜੀ ਵਾਲਾ ਕੂਟਾ ਵੀ ਕਹਿੰਦੇ ਲਾਈ ਕੇ ਆ ਗਿਆ ਖੇੜੀ ਵਾਲੇ ਕੂਟੇ ਨੂੰ ਲੋਕਾਂ ਨੇ ਕਹਿੰਦੇ ਸਮਾਰਟ ਬਾਟ ਕੇ ਸਮਾਰਟ ਬੋਆਇ ਕੇ ਸੱਦਿਆ ਔਰ ਗੱਟਾ ਮੈਂ ਧੰਨਵਾਦ ਕਰਾਂਗਾ ਸਾਡਾ ਭਰਾ ਕੈਨੇਡਾ ਦੇ ਕਹਿੰਦੇ ਬੱਬੇ ਕੱਪ ਦਾ ਜੇਤੂ ਬਣਿਆ ਵੀ ਸਾਰੇ ਆਖਰੇ ਸਮਾਰਟ ਮੁੰਡਾ ਪੀਤੋ ਨੂੰ ਹੱਸ ਦਿੰਦਾ ਤਾਰ ਨਾ ਫਿਰੋ ਤੇ ਸਭ ਖੇਡਾਂ ਦਾ ਕਰੇ ਸਿੱਧਾ ਪੈ ਜੂਗਾ ਵੇਖੇ ਜੇ ਬਾਲੀ ਬਾਲ ਨਾ ਫਿਰੋ ਉਧਰ ਬਈ ਜਤਿੰਦਰ ਕੋਕਰੀ ਕੈਨੇਡਾ ਉਹ ਵੀ ਸਾਡਾ ਭਰਾ ਇਹਦਾ ਮੈਚਾਂ ਨੂੰ ਲਈ ਤੱਕਦਾ ਵਿਸ਼ੇ ਕਰਦੇ ਮੈਂ ਧੰਨਵਾਦ ਕਰਾਂਗਾ
ਸਾਡੇ ਜਿੰਨੇ ਵੀ ਐਨਆਰਏ ਵੀਰ ਲਾਈਵ ਤੱਕ ਦੇ ਜਿਹੜੇ ਉਸੇ ਟੂਰਨਾਮੈਂਟ ਨੂੰ ਮੈਂ ਵੀ 5-7 ਦਾ ਮੁਕਾਬਲਾ 2 ਪੁਆਇੰਟਾਂ ਦਾ ਫਰਕ ਹੈ ਨੰਬਰ 7 ਕੋਲ ਗੇਟ ਦਾ ਪਰ ਢਾਬਾ ਲੱਗ ਦੇ 12 ਫੇਟਾ ਔਰ ਨੰਬਰ ਦੇ ਮੁੰਡੇ ਨੇ ਇੱਕ ਹੋਰ ਗੇਟ ਦਿੱਤਾ ਆਪਣੀ ਟੀਮ ਦੇ ਲਈ ਵੀ ਜਿਗਰਾ ਫਲੋਰ ਤੇ ਪੂਰੀ ਦਾਬੇ ਦੀ ਹੈ ਮੋਹਰ ਸ਼੍ਰੀ ਨਾਥ ਦੇਵੇ ਖਾਤੀ ਤੋਂ ਬਾਪੂ ਆਖਦਾ ਹੈ ਸ਼ੇਰ ਸੁੱਖੀ ਲੋਕੋ ਲਿਖੋ ਸਾਡੀ ਜਾਨ ਵਾਲੇ ਕਿੱਸੇ ਤੇ ਪਾਣੀ ਪੱਕ ਦੇ ਪਿਸ਼ਾਹ ਵੱਲ ਮੋੜ ਦਿੰਦੇ ਆ ਔਰ ਬਿੱਤਰਾ ਦੀ ਹੰਡ ਵੀ ਲਬੇੜ ਵਰਗੀ ਦੱਬੇ ਟੱਕੀਆਂ ਗਰਾਰੀਆਂ ਦੇ ਧੋਰ ਦਿੰਦੇ ਆ ਔਰ ਮਿੱਤਰਾਂ ਦੀ ਹੰਡ ਵੀ ਲਬੇੜ ਵਰਗੀ ਹੈ ਦੱਬੇ ਟੱਕੀਆਂ ਗਰਾਰੀਆਂ ਦੇ ਧੋਰ ਦਿੰਦੇ ਆ ਮੈਚ ਦੇ ਕਹਿੰਦੇ ਪਹਿਲਾ ਪਹਿਲਾ ਖੇਡਿਆ ਜਾ ਰਿਹਾ ਖੇਡ ਦੇ ਮੈਦਾਨ ਚ ਅਜੀ ਗੱਲਾਂ ਸੱਤ ਪਾਉਂਦੀਆਂ ਨੇ ਬਈ ਫਰਕ ਜਿਹੜਾ ਉਹ ਗਰਾਊਂਡ ਦੇ ਵਿੱਚ ਪੈ ਚੁੱਕਿਆ ਮੈਂ ਇੱਧਰ ਹਰ ਰਾਜਪੁਰ ਵਾਲਿਆ ਕੋਈ ਆਉਂਦੀ ਜਾਂਦੀ ਬਾਤ ਹਰੇ ਨਾ ਮਿੱਤਰਾ ਉਹ ਬਾਲ ਫੜ ਕੇ ਢਾਬਾ ਵਾਲੇ ਸ਼ੇਰੂ ਦੇ ਗਿੱਟੇ ਦੇ ਵਿੱਚ ਟੱਪਾ ਪਵੇ ਤੇ ਗੱਲ ਤੋਂ ਫੇਰ ਬਣ ਲਈ ਹੈ ਨੌਜਵਾਨਾਂ ਔਰ ਇਹਦੀ ਗੱਲਾਂ ਕਹਿੰਦੇ ਗੱਡੀਆਂ ਨੇ ਮੇਰੇ ਮਿੱਤਰੋ ਵੀ ਇੱਕ ਤੇ ਇੱਕ 2 ਹੁੰਦੇ ਆ ਇੱਕ ਤੇ ਇੱਕ 11 ਬਈ ਮੈਂ ਫਲਵਾੜੀ ਦਾ ਮਿੱਤਰੋ ਵਿਗੜੇ ਹੋਏ ਯਾਰਾਂ ਦੀ ਖਰਕੀ ਨਹੀਂ ਚੰਗਾ ਲੱਗਦਾ ਪਿਓ ਦੇ ਧੀਆਂ ਦਾ ਬਹੁਤਾ ਚਿਰ ਢਿੱਡ ਨਹੀਂ ਪਾਉਂਦਾ ਘਰ ਦੇ ਜੀਆਂ ਦਾ ਰੱਖ ਕੇ ਪਨੇਰੇ ਤੋਂ ਸ਼ੇਰੂ ਦੇ ਸਿੰਗਲ ਹੈਂਡ ਲਾਵੇ ਤੇ ਰੁਪਈਆ 200 ਦਿੱਤਾ ਜਾਵੇਗਾ 200 ਦੇ ਨਾਲ ਵੱਡੇ ਨੇੜੇ ਮਾਰ ਧਾਰ ਦਿੱਤੇ ਜਾਣਗੇ ਲੋਕ ਸਾਈਡਾਂ ਜਿਹੜੀਆਂ ਚੇਂਜ ਹੋ ਚੁੱਕੀਆਂ ਨੇ 9 ਤੇ 5 ਦਾ ਸਕੋਰ ਬਈ 10-5 ਤੋਂ ਸਾਈਡਾਂ ਚੇਂਜ ਦੀ 10-5 ਦੁਨੀਆ ਚ ਬੇਸ਼ਰਮ ਤਾਂ ਦੇਖਿਆ ਪਰ ਐਡੇ ਬੇਸ਼ਰਮ ਮੈਂ ਪਹਿਲੀ ਇਹਦਾ ਨੀ ਉਧਰੋਂ ਧੰਨਵਾਦ ਆ ਇਹਦਾ ਨੀ ਉਹਦਾ ਹੋਰ ਹੀ ਨਹੀਂ ਇਹਨਾਂ ਇੱਕ ਗੱਲ ਮੈਂ ਦੇਖੀ ਵਰਿੰਦਰ ਜਦੋਂ ਤੂੰ ਥੋੜਾ ਨਹਿਰ ਚ ਹੋਵੇਂ ਨਾ ਉਹਦੇ ਬਹੁਤ ਹਾਸੀ ਬਣਾਉਣਾ ਨਹੀਂ ਮੈਂ ਤੈਨੂੰ ਦੇਖਿਆ ਹੁਣ ਆ ਹਾਸੀ ਕਢਾਈਏ ਮੈਂ ਕੀ ਮਤਲਬ ਤੇਰਾ ਅੱਜ ਦੇ ਕਹਿੰਦੇ ਵਰਿੰਦਰ ਜੀ ਜਿਹੜੀ ਢੁੱਲੋਂ ਭਰਿਆ ਫਿਰਦਾ ਗੁਰਬਾਲ ਸਿੰਘ ਹੈ ਸਭ ਸਾਹਮਣੇ ਦੱਸਦੇ ਕਹਿੰਦੇ 5 ਦੀ ਟੱਕਰ ਆ ਮੇਰੇ ਮਿੱਤਰ ਉਧਰ ਸੰਦੀਪ ਹੈ ਸਾਡੀ ਜ਼ਿੰਦਗੀ ਦਾ ਮਾਣ ਜ਼ਿੰਦਗੀ ਦੇ ਕਹਿੰਦੇ ਰੰਗਲੇ ਸੱਜਣਾ ਦੇ ਵਿੱਚੋਂ ਇੱਕ ਨੇ ਉਹਨਾਂ ਦੇ ਗੱਡੀਆਂ ਚ ਵੱਡੇ ਮਾਣ ਪਿਆਰ ਵੀ ਆਏ ਆ ਬਹੁਤ ਬਹੁਤ ਮੈਂ ਧੰਨਵਾਦ ਕਰਾਂਗਾ
ਨੌ 11 ਪੁਆਇੰਟ ਹੋ ਗਏ ਜੀ ਸਿੰਘ ਹਰਵਿੰਦਰ ਯੂਕੇ ਕੀ ਹਾਲ ਆ ਸਿੰਘ ਹਰਵਿੰਦਰ ਬਾਈ ਸਿੰਘ ਹਰਵਿੰਦਰ ਯੂਕੇ ਲਾਈ ਹੋ ਬਾਈ ਹਾਲੇ ਵੀ ਬਹੁਤ ਸਮਾਂ ਲੱਗ ਜਾਣਾ
ਔਰ ਉਧਰਲੇ ਪਾਸੇ ਮੇਰੇ ਮਿੱਤਰੋ ਲੈਣੀ ਵਰਿੰਦਰ ਵੇਖ ਲਾ ਤੇਰੇ ਪਿਛਲੇ ਪਾਸੇ ਦੇ ਰੌਲਾ ਕੋਈ ਵੱਡਾ ਪਿਆ ਲੱਗਦਾ ਮੈਨੂੰ ਔਰ ਕਹਿੰਦੇ ਕਮਾਲ ਹੋ ਗਈ ਹੈ ਉਧਰਲੇ ਪਾਸੇ ਮੇਰੇ ਮਿੱਤਰ ਵੀ ਲਾਰਾ ਲਾਰਾ ਹੋ ਗਈ ਖਾਣਾ ਗਿਆ ਹੱਥ ਦੀ ਤੇ ਘਰੋ ਘਰੀ ਤੋਰ ਤੇ ਸੁੱਚਾ ਤੇ ਚੱਲਦੀ ਵੈਲਕਮ ਵੈਲਕਮ ਜੀ ਲਵਦੀਪ ਗੰਜੀ ਗੁਲਾਬ ਸਿੰਘ ਵਾਲਾ ਕੈਨੇਡਾ ਵੈਲਕਮ ਨੇ ਹਰਵਿੰਦਰ ਭਰਾ ਸਾਡਾ ਯੂਟਿਊਬ ਤੇ ਵੀ ਲਾਈਵ ਕਰ ਰਿਹਾ ਹੈ ਲਵਦੀਪ ਗੁਲਾਬ ਸਿੰਘ ਲਵਦੀਪ ਕੈਨੇਡਾ ਲਵਦੀਪ ਕੈਨੇਡਾ ਗੱਜੀ ਗੁਲਾਬ ਸਿੰਘ ਵਾਲੇ ਨਗਰ ਤੇ ਵੀ ਲਾਈਵ ਕਰ ਰਿਹਾ ਭਰਾ ਸਾਡਾ ਇਹ ਵੀਰ ਦਾ ਵੀਰਾਂ ਦਾ ਧੰਨਵਾਦ ਹੈ ਸਾਡੀ ਟੀਮ ਦਾ ਨੈਟਮੈਨ ਹਾਂ ਸ਼ਾਨਦਾਰ ਨੈਟਮੈਨ ਕਹਿੰਦਾ ਪੂਰਾ 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 ਹੋ ਸਾਨੂੰ ਬਾਤ ਕਰੋ ਸਾਡਾ ਟਾਈਮ ਹੋ ਗਿਆ ਪੂਰਾ ਇਹ ਮੈਨੂੰ ਲੱਗਦਾ ਵੀ ਤਾਂ ਹੀ ਇਧਰ ਰੀਵਰ ਕੱਟ ਗਿਆ ਇਹ ਆ ਮਾਜਰੇ ਵਾਲਾ ਧੰਨਵਾਦ ਜੀ ਲਵਦੀਪ ਵੀਰੇ ਬਹੁਤ ਬਹੁਤ ਧੰਨਵਾਦ ਜਾਦੂ ਦਾ ਲੈ ਕਹਿੰਦੇ ਮਾਜਰੇ ਵਾਲੇ ਛੋਟੀ ਦੇ ਕਮਾਨ ਦਾ ਪੁਆਇੰਟ ਇੱਕ ਹੋਰ ਜੋੜ ਦਿੱਤਾ ਆਪਣੀ ਟੀਮ ਦੇ ਲਈ ਸਰਵਿਸ ਚੇਂਜ 11 ਦਾ ਸੀਨੂ ਫਿੱਟ ਆ ਕਹਿੰਦੇ ਪੂਰਾ ਮਾਤਾ ਨੇ ਕੁਝ ਕਾਲਾ ਕੋਟ ਤਾਂ ਸਾਨੂੰ ਮਸਾ ਰਾਤ ਕੱਟੀ ਆ ਉਹਦੀ ਗੇਰ ਨਹੀਂ ਅਗਲੇ ਸਾਲ ਫੇਰ ਕੱਢ ਲਾਂਗੇ ਓਕੇ ਓਕੇ ਲਵਦੀ ਵੀਰੇ ਜੇ ਫੌਰਨ ਚੱਲ ਗਿਆ ਤਾਂ ਫਿਰ ਕਹਿਣੇ ਕੀ ਹੈ ਫੌਰਨ ਕਹਿੰਦਾ ਸੁਣ ਲੈਣਾ ਬਾਬਾ ਨਾਨਕ ਵਰਿੰਦਰ ਤੈਨੂੰ ਨਹੀਂ ਯਾਰ ਕੋਈ ਓਫਰ ਉਫਰ ਜਾਈ ਕੀ ਚੀਜ਼ ਬਾਹਰ ਬੂਰ ਬਾਹਰ ਆਪਾਂ ਕੀ ਕਰਨਾ ਬੱਟੂ ਆਪਾਂ ਉਹਦੇ ਨਜ਼ਾਰੇ ਨਹੀਂ ਆ ਬੈਲਾ ਬੈਠੇ ਨੇ ਤੈਨੂੰ ਮੈਂ ਲੈ ਹੁਣ ਦਿਖਾਉਣਾ ਬਾਈ ਜਿਹੜੇ ਬਾਹਰਲੇ ਇੱਧਰ ਮੌਜਾ ਕਿ ਪੰਜਾਬ 'ਚ ਮੌਜਾ ਮਾੜੀ ਦੱਸਿਓ ਜਿਹੜੇ ਕੈਨੇਡਾ ਵਾਲੇ ਲਾਈਵ ਜੁੜਿਆ ਦੱਸਿਓ ਯੂਕੇ ਵਾਲੇ ਪੰਜਾਬ 'ਚ ਮੌਜਾ ਕਿ ਇੱਧਰ ਮੌਜਾ ਗਰਲਾਲ ਇੱਧਰ ਆਉਣ ਨੂੰ ਫਿਰਦਾ ਦੱਸਿਓ ਮਾੜਾ ਜਿਹਾ ਨਹੀਂ ਦੇਖੋ ਮੈਂ ਤਾਂ ਮੇਰਾ ਤਾਂ ਜਾਣ ਦਾ ਹੱਕ ਤੂੰ ਇੱਧਰ ਕਮੈਂਟ ਚੈੱਕ ਕਰ ਲਈ ਯਾਰ ਨਹੀਂ ਮੇਰਾ ਜਾਣ ਦਾ ਤਾਂ ਹੱਕ ਵੀ ਬਣਦਾ ਆਪਾਂ ਬਹੁਤ ਵਧੀਆ ਇੱਥੇ ਕਿੱਧਰ ਸੁਖਜੋਤ ਇੱਧਰ ਨਜ਼ਾਰਾ ਕਿ ਪੰਜਾਬ ਚ ਨਜ਼ਾਰਾ ਥੱਪਣ ਵਾਲੀਆਂ ਸੁੱਖਾਂ ਦੀ ਸਾਡਾ ਭਰਾ ਲਾਈ ਕੇ ਆ ਗਿਆ ਹੈ ਹਰ ਜਿਹੜੇ ਬੰਦੇ ਨੇ ਤਾਲਾ ਲਾਈਆਂ ਤੇ ਅੱਜ ਵੀ ਲੋਕ ਚੇਤੇ ਕਰਦੇ ਹੈ ਸਾਡੀ ਸੁੱਖਾ ਤੇਰਾ ਵੀ ਬਹੁਤ ਬਹੁਤ ਧੰਨਵਾਦ ਆ ਵੀ ਥੱਪਣ ਵਾਲੇ ਪਿੰਡੋਂ ਮੇਰੇ ਨਜ਼ਾਰੇ ਆ ਸਕਦੇ ਤੂੰ ਇੱਥੇ ਵੀ ਚਾਮੀ ਘੁੜਦਾ ਫਿਰ ਮੈਨੂੰ ਲੱਗਦਾ ਪੈਸਾ ਬਣਦਾ ਗੱਲ ਉਹ ਨੀ ਗੱਲ ਵੀ ਪੈਸਾ ਨੀ ਬਣਦਾ ਪਰ ਆਪਦੇ ਸ਼ੌਕ ਮਾਰਨੇ ਪੈਂਦੇ ਆ ਭਰਾਵਾ ਗੱਲ ਸਿੱਧੀ ਆ ਪੈਸਾ ਬਣਦਾ ਵਧੀਆ ਜਿਵੇਂ ਹੁਣ ਤੇਰੀ ਆ ਤੇਰੀ ਪੀੜੀ ਖਰਾਬ ਆ ਜਿਹੜੇ ਤੇਰੇ ਅੱਗੇ ਜਵਾਕ ਜਵੂਕ ਉਹਨਾਂ ਦੀ ਬਣ ਜੂ ਬਸ ਇੰਨਾ ਹੀ
ਇਹ ਤਾਂ ਕੀ ਪਤਾ ਕੱਲ ਰੋਟੀ ਦਿਹਾੜੀ ਕਰਕੇ ਖਾ ਲਾਂਗੇ ਕਿਸੇ ਨੂੰ ਕਮਾ ਠੀਕ ਆ ਠੀਕ ਆ ਸੁਖਜੋ ਢਿੱਲੋਂ ਜੀ ਕਹਿੰਦਾ ਪਹਿਲਾਂ ਚਾਮੀ ਕੁੱਟਣਾ ਇੱਥੇ ਤੂੰ ਵੀ ਲਾ ਲਾ ਬਾਈ ਸਹੀ ਆ ਸਹੀ ਆ ਇਹ ਗੱਲ ਤੇਰੀ ਸਹੀ ਆ ਜੇ ਅੰਗਰੇਜ਼ਾਂ ਵਾਲੀ ਸੋਚ ਬਣਾਉਣੀ ਆ ਵੀ ਜਿੰਨੇ ਕਮਾਉਣੇ ਆ ਉਨੇ ਖਰਚਣੇ ਆ ਫੇਰ ਤਾਂ ਹੈਗੀ ਲਾਈ ਵਧੀਆ ਫੋਰਨ ਕੰਟਰੀ ਜਿਹੜੀ ਮਰਜ਼ੀ ਹੈ ਅੰਗਰੇਜ਼ਾਂ ਵਾਲੀ ਸੋਚ ਲੈ ਕੇ ਚੱਲਣੀ ਪੈਂਦੀ ਆ ਵੀ ਜਿੰਨੇ ਕਮਾਉਣੇ ਆ ਉਨੇ ਖਾਣੇ ਹਨਾ ਜਦੋਂ ਫਿਰ ਪੈਸਾ ਜੋੜਦੀ ਹੋ ਜਾਂਦੀ ਆ ਫੇਰ ਜ਼ਿੰਦਗੀ ਦੁੱਭਰ ਹੋ ਜਾਂਦੀ ਆ ਵੀਰੇ ਫੋਰਨ ਕੰਟਰੀ ਚਲੋ ਜਿਉਂਦੇ ਰਹੋ ਭਰਾਵੋ ਸਾਰੇ ਜਿਨ੍ਹਾਂ ਨੇ ਘਰ ਛੱਡਿਆ ਬਾਹਰ ਗਏ ਹੋ ਬਾਈ ਜਿਉਂਦੇ ਰਹੋ ਜਵਾਨੀਆਂ ਬਣੋ ਪੰਜਾਬ ਦੀ ਘਾਟ ਤੁਹਾਨੂੰ ਅਸੀਂ ਨੀ ਆਉਣ ਦਿੰਦੇ ਇੱਥੇ ਦਿਖਾਈ ਜਾਂਦੇ ਹਾਂ ਪੰਜਾਬ ਦੇ ਤੁਹਾਨੂੰ ਪਲੇਅਰ ਗਰਾਊਂਡ ਬਾਬਾ ਸੁੱਖ ਰੱਖੇ ਤੇ ਜਿਉਂਦੇ ਰਹੋ ਯਾਰੋ ਠੀਕ ਆ ਠੀਕ ਆ ਜੋਤ ਬਾਈ ਫਿੱਟ ਵੀ ਹੋ ਗਿਆ ਓ ਬੱਲੇ ਬੱਲੇ ਓਏ ਮੁੰਡਿਓ ਤਕੜਾ ਅਟੈਕ ਕਦੋਂ ਇੱਥੇ ਹਿੱਟ ਲੱਗ ਰਿਹਾ ਤੇਰੀ ਗੱਲ ਇੱਧਰ ਦੇਖ ਲਾ ਉਧਰਲਾ ਬੜਾ ਭੈੜਾ ਕੀਤਾ ਬਈ ਚਰ ਦੀ ਆਵਾਜ਼ ਆਈ ਸੀ ਇੱਧਰਲਾ ਦੇਖ ਬਈ ਇੱਧਰਲਾ ਜਮਾ ਬਚਾਲੋ ਸੱਤੀ ਐ ਦੇਖ ਲਓ ਟੀਕੇ ਕਿਹਦੇ ਕਿਹਦੇ ਲਵਾਉਣੇ ਆ ਮਾੜਾ ਜਾ ਖਾਹੇ ਬੰਦੇ ਪਾੜਦੇ ਮੈਂ ਤੇ ਮੇਰੇ ਮਿੱਤਰ ਬਹੁਤ ਸੋਹਣਾ ਖੇਡਿਆ ਜਾ ਰਿਹਾ ਗਰਾਊਂਡ ਦੇ ਵਿੱਚ ਇੱਧਰ 11 ਤੇ 14 ਕਿਹੜਾ ਮੈਂ 16
ਓਏ ਵਿਕਾਸ ਬਾਰੇ ਗਲਾ ਤਗੜੀ ਵਾਲ ਆ ਗਿਆ ਵਿਕਾਸ ਬਾਰੇ ਕਾ ਨੰਬਰ 12 ਦੇ ਜੋੜੀ ਆਪਣੀ ਟੀਮ ਦੀ 12 ਤੇ ਸੋਲਾਂ ਦੀ ਖੇਡ ਅੰਦਰ ਨਿਕ ਪਾਟਾ ਦੀ ਖੇਡ ਜਿਹੜੀ ਉਹ ਗਰਾਊਂਡ ਦੇ ਅੰਦਰ ਬਾਕੀ ਆ ਮੇਰੇ ਮਿੱਤਰਾਂ ਵੀ ਉਹ ਜਿਹੜਾ ਬੈਠਾ 12-16 ਜੀ 12-16 ਤੇ ਕਦੇ ਹੋਣਾ ਬਾਬਾ ਕੋਈ ਸਾਡੀ ਖੇਡਦਾ ਅੱਖਾਂ ਵਿੱਚ ਜੀਰੇ ਵਿੱਚ ਹੈ ਨੀ ਜੋਤ ਬਈ ਫਿਰ ਤਾਂ ਅਸੀਂ ਮਿਲਿਆ ਤੇ ਕਦੇ ਮਿਲਦਾ ਉਹਨਾਂ ਦੀ ਜਵਾਨੀ ਵੇਲੇ ਤਾਪ ਚੜਿਆ ਤੇ ਅੱਜ ਦੀ ਦੇ ਖੁੱਦ ਤੇ ਦਵਾਈਆਂ ਨੇ ਆਮ ਮਾਰੇ ਬੰਦੇ ਨੇ 14 ਹੋ ਗਏ ਸਦਾ ਨਹੀਂ ਹੋ ਮਿੱਤਰ 13-16 ਆ ਗਏ ਵੀਰੇ 13-16 ਉਹ ਸਦਾ ਨਾ ਹਾਲਾਤ ਰਹਿੰਦੇ ਮਾਰੇ ਬੰਦੇ ਦੇ ਤੇ ਸਦਾ ਨਹੀਂ ਹੋ ਸੱਜਣ ਚੜਾਈਆਂ ਰਹਿੰਦੀਆਂ 13-16 ਦੀ ਟੱਕਰ ਖੇਡ ਗਰਾਊਂਡ ਦੇ ਵਿੱਚ ਖੇਡੀ ਜਾ ਰਹੀ ਹੈ ਤਿੰਨ ਪੁਆਇੰਟਾਂ ਦਾ ਇੱਧਰ ਫਰਕ ਹੈ ਤੇ ਚਰਤੇ ਹੋਣਗੇ ਓਕੇ ਓਕੇ ਜੀ ਸੁਖਜੋ ਢਿੱਲੋਂ ਜੀ ਬੁਲਾ ਦਿੰਦੇ ਵੀਰੇ ਆਪਣਾ ਸੁੱਖੂ ਥੰਮਰ ਵਾਲੀ ਆ ਬਾਈ ਆਪ ਸਭ ਜਾਣਦੇ ਹੋ ਵਾਲੀਬਾਲ ਦਾ ਘਾਣਾ ਜਿਹੜਾ ਆਸਟ੍ਰੇਲੀਆ ਚਲਿਆ ਗਿਆ ਸੀ ਵੀਰੇ ਵਾਲੀਬਾਲ ਦਾ ਘਾਣਾ ਜਿਹੜਾ ਲਾਈਵ ਆ ਉਹਨਾਂ ਨੇ ਪੇਜ ਬਣਾਇਆ ਜੀ ਸੁੱਖ ਢਿੱਲੋਂ ਥੰਮਣ ਵਾਲੇ ਦੇ ਨਾਂ ਤੇ ਉਹ ਪੇਜ ਨੂੰ ਫੋਲੋ ਕਰ ਲਓ ਜਿਹਨੇ ਬਾਹਰਲੇ ਮੈਲਬੋਰਨ ਦੇ ਮੈਚ ਦੇਖਣੇ ਆਉਂਦੇ ਆ ਬਾਈ ਲਾਈਵ ਬੈਸਟ ਨੂੰ ਅੱਜ ਚਾਂਦੀ ਦੀਆਂ ਚਾਈਨਾਂ ਨੇ ਲਵ ਦੀ ਗਲਾਬ ਸਿੰਘ ਵਾਲਾ ਕੈਨੇਡਾ ਜੀ ਲਾਸਟ ਪੁਆਇੰਟ ਆ ਗਿਆ ਵੀਰੇ ਯੂਪੀ ਰਦੌਰ ਦੀ ਟੀਮ ਦਾ ਅੱਜ ਦੇ ਟੂਰਨਾਮੈਂਟ ਦਾ ਲਾਸਟ ਪੁਆਇੰਟ ਬੈਸਟ ਵੀ ਦੱਸਾਂਗੇ ਵੀਰੇ ਬੈਸਟਾਂ ਨੂੰ ਚਾਂਦੀ ਦੀਆਂ ਚੈਨਾਂ ਨੇ ਜੀ ਬੈਸਟ ਜ਼ਰੂਰ ਸੁਣਿਓ ਖਾਲਸਾ ਜੀ ਜੱਸਾ ਆਇਆ ਸੀ ਵੀਰੇ ਮਰਦੈੜੀ ਨੂੰ ਮਰ ਗਿਆ ਸੀ ਜੱਸਾ ਜੌਂਟੀ ਨਵਾਬ ਨੂੰ ਓਏ ਜੀ ਅਸੀਂ ਚੁੱਕੀ ਆ ਵੀਰੇ ਯੂਪੀ ਰਦੌਰ ਫਸਟ ਸੈਕੰਡ ਹਰਨਾਏਪੁਰ ਖਾਸੀ ਬਹਿ ਪਾਣੀ ਥੋੜ੍ਹਾ ਜਿਹਾ ਬੈਸਟ ਵੀ ਦੱਸਾਂਗੇ ਚੈਨਾ ਯੂਕੇ ਕੀ